सेहत मंत्री डॉक्टर बलवीर सिंह वालों अज डीसी कॉम्पलैक्स दे विच जिला अधिकारियों नाल मीटिंग कीती गई, जिस विच उन्हां ने डेंगू अते मलेरिया दे वध रहे केसां दे बारे जानकारी भी ली। उन्हां ने प्रेस नूं संबोधन करदियां यह भी कहा कि पिछले साल नालों इस साल 80% इस तरह दे केसां दी कमी भी वेखण नूं मिली। इस वारी डेंगू और चिकनगुनिया दे केसां दे विच पूरे स्टेट दे लेवल दे उत्ते सिग्निफिकेंट रिडक्शन आ गई, बहुत ज्यादा फर्क पिया इस वारी। साडे मानयोग मुख्यमंत्री साहब ने जिहड़ा स्पैशल कंपेन शुरू कीती सी हर शुक्रवार डेंगू ते वार, जिहदे विच असीं घर घर जाके चैक करते हैं जी, साडे ब्रीडिंग चैकर और असीं स्टूडेंट्स नूं ट्रेन कर रहे हैं, और साडे जिहड़े डिस्ट्रिक्ट लैवल दे जिन्ने भी साडे चाहे सिविल सर्जन होवे जी, चाहे साडे जिहड़े मतलब आशा वर्कर तो लैके डायरैक्टर तक, मैं भी विच उहनां दे साडे सैकटरी सारे असीं फील्ड दे विच होंदे हर शुक्रवार नूं जाके चैक करदे हां। असीं सारे डिस्ट्रिक्ट दे विच हर घर दे विच कोशिश करदे हां, डोर टू डोर करदे हां, और इस तों सिवाय असीं इंटर सैक्टोरल कोआर्डीनेशन जिहड़ी हैगी है जी, जिहड़ी महकमिआं दे आपस दे विच तालमेल है, क्योंकि जे फॉगिंग करनी है और लोकल बॉडीज़ ने करनी है, चाहे म्यूनसिपल कॉरपोरेशन होवे, म्यूनसिपल कमेटी होवे, नगर निगम, जिन्हें भी कोई जां लोकल जिहड़ियां पंचायत होण, BDPO दा ऑफिस होवे, जां जिहड़े डीसी डिवेलपमेंट है, उन्होंने फॉगिंग उन्होंने करनी है जी, वाटर सप्लाई उन्होंने देखनी है, वाटर सप्लाई सैनिटेशन है। इस तो सिवाय असी स्कूलों के जाके जो स्कूलों के कॉलेज के बच्चे उनकी ट्रेनिंग शुरू की है। सो ये जरा आपस के सारे महकमिया का तालमेल, और हर शुक्रवार डेंगू ते वार जो मुख्यमंत्री साहब ने शुरू कराया सीगा, जिहड़ियां स्पैशल दो असी इनिशिएटिव लाए सीगे, उहदे बहुत अच्छे नतीजे आए है जी। जे मैं पिछले साल की गल करा, पिछले साल जिहड़े सीगे 13,687 केस आए सीगे जी डेंगू दे, इस वारी 2,000 आए आ। 2000 भी मैं बहुत समझदा, बट 13,000 तो 2,000 ते असीं पहुंचे हां। जे मैं डेट वाइज भी कंपैरिजन करा तो इस बारी 2,032 है जी, ते पिछले साल इस डेट तक जिहड़े हैगे आ जिहड़ा कि 20 अक्टूबर तक है 7,529 सी, 7,529 तो असीं 2,000 ते आए हां, बहुत सिग्निफिकेंट रिडक्शन हुई है जी। 70% ਦੇ ਕਰੀਬ ਜਿਹੜੇ ਕੇਸ ਸਾਡੇ ਘਟੇ ਆ, ਇਹ ਓਵਰਆਲ ਕਿਤੇ 90% ਹੈ ਜੀ, ਕਿਤੇ 50% ਹੈ, ਇਸ ਤਰ੍ਹਾਂ ਮਤਲਬ ਸਾਰੇ ਜ਼ਿਲ੍ਹਿਆਂ ਨੇ ਜਿਹੜਾ ਅੱਛਾ ਪਰਫਾਰਮ ਕੀਤਾ। ਸੋ ਹੈਲਥ ਡਿਪਾਰਟਮੈਂਟ ਜਿਹੜਾ ਹੈਗਾ ਉਹਨੇ ਬੜੀ ਵੱਡੀ ਉਪਲਬਧੀ ਹੈ, ਮੈਂ ਜਿੰਨੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਜਿਹੜੇ ਸਾਡੇ ਜਿਹੜੇ ਸਿਹਤ ਦਾ ਪ੍ਰਸ਼ਾਸਨ ਹੈ ਸਾਰੇ, ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਮੈਂ ਵਧਾਈ ਵੀ ਦਿੰਦਾ, ਔਰ ਉਹਨਾਂ ਨੂੰ ਇਹ ਵੀ ਕਹਿੰਦਾ ਕਿ ਸਾਡਾ ਕੰਮ ਅਜੇ ਪੂਰਾ ਨਹੀਂ ਹੋਇਆ, ਆਪਾਂ ਇਸੇ ਲੱਗੇ ਰਹਿਣਾ, ਕਿਉਂਕਿ ਹੁਣ ਪਿਛਲੇ 1-2 ਮਹੀਨੇ 'ਚ ਸਪਟੰਬਰ ਦੇ ਵਿੱਚ ਇੱਕਦਮ ਜਿਹੜਾ ਸਪਰਟ ਆਇਆ ਸੀਗਾ ਡੇਂਗੂ ਦੇ ਕੇਸਿਸ ਦਾ, ਅਤੇ ਅਸੀਂ ਸਟੈਪ ਅਪ ਕੀਤੀਆਂ ਆਪਣੀਆਂ ਐਕਟੀਵਿਟੀਜ਼, ਉਹਦੇ ਵਿੱਚ ਬਰੀਡਿੰਗ ਚੈਕਿੰਗ ਵੀ ਹੈ ਜੀ, ਘਰ ਘਰ ਜਾ ਕੇ ਚੈੱਕ ਕਰਨਾ, ਲਾਰਵੇ ਨੂੰ ਚੈੱਕ ਕਰਨਾ, ਉਹਨੂੰ ਡਿਸਟਰੋਏ ਕਰਨਾ ਜਿਹੜਾ ਸਟੈਗਨੈਂਟ ਵਾਟਰ ਹੈ, ਅਤੇ ਸ਼ੁੱਕਰਵਾਰ ਨੂੰ ਜਿਹੜਾ ਚਾਹੇ ਤੁਹਾਡਾ ਡੈਜ਼ਰਟ ਕੂਲਰ ਹੈ ਜਿਹੜਾ ਠੰਡੀ ਹਵਾ ਵਾਲਾ ਕੂਲਰ ਹੈ, ਜਾਂ ਫਰਿੱਜ ਦੀ ਟ੍ਰੇ ਹੈ, ਪੰਛੀਆਂ ਵਾਸਤੇ ਕਟੋਰੇ ਰੱਖਦੇ ਹਾਂ ਆਪਾਂ, ਜਾਂ ਆਸੇ ਪਾਸੇ ਕੋਈ ਕਬਾੜ ਪਿਆ ਹੋਇਆ, ਬਹੁਤ ਸਾਰੇ ਜਿੱਥੇ ਟਾਇਰ ਸੁੱਟੇ ਹੁੰਦੇ ਆ ਲੋਕਾਂ ਨੇ, ਕੋਈ ਡੱਬੇ ਪਏ ਆ, ਕੋਈ ਆਈਸਕ੍ਰੀਮ ਦਾ ਦੂਜਾ, ਉਹਦੇ ਵਿੱਚ ਬਰੀਡਿੰਗ ਕਰਦੇ ਆ, ਉਹ ਸਾਰਾ ਚੈੱਕ ਕਰਨਾ, ਆਪਣੇ ਘਰ ਨੂੰ ਅਤੇ ਆਸੇ ਪਾਸੇ ਚੈੱਕ ਕਰਨਾ। ਮੈਂ ਲੋਕਾਂ ਨੂੰ, ਸਿਟੀਜ਼ਨਸ ਨੂੰ ਕਹਿੰਦਾ ਕਿ ਤੁਸੀਂ ਵੀ ਇਹਦਾ ਪਾਰਟ ਬਣੋ, ਅਸੀਂ ਸਕੂਲੀ ਬੱਚਿਆਂ ਨੂੰ ਵੀ ਇਸ ਚੀਜ਼ ਦੀ ਟ੍ਰੇਨਿੰਗ ਦੇ ਰਹੇ ਹਾਂ, ਨਰਸਿੰਗ ਸਟੂਡੈਂਟਸ ਨੂੰ ਚੇਚੇ ਤੌਰ 'ਤੇ ਟ੍ਰੇਨਿੰਗ ਦੇ ਰਹੇ ਹਾਂ, ਹਰ ਇੱਕ ਬੱਚੇ ਨੂੰ ਅਸੀਂ ਐਜੂਕੇਟ ਕਰਨਾ ਚਾਹੁੰਦੇ ਹਾਂ ਇਹਦੇ ਬਾਰੇ, ਜਿਹੜੀਆਂ ਵੈਕਟਰ ਬੌਰਨ ਡਿਜ਼ੀਜ਼ ਆ, ਅਤੇ ਇਹ ਅਸੀਂ ਸਾਡਾ ਜਿਹੜਾ ਉਪਰਾਲਾ ਇਸ ਤਰ੍ਹਾਂ ਜਾਰੀ ਰਹੇਗਾ। ਅਸੀਂ 70% ਰਿਡਕਸ਼ਨ ਹੋਈ ਆ, ਸਾਡੀ ਕੋਸ਼ਿਸ਼ ਹੈ ਕਿ ਅਗਲੇ ਸਾਲ ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਜਿਹੜਾ ਪੰਜਾਬ ਹੈ ਇਹਨੂੰ ਅਸੀਂ ਡੇਂਗੂ ਅਤੇ ਚਿਕਨਗੁਨੀਆ, ਚਿਕਨਗੁਨੀਆ ਦੇ ਵਿੱਚ ਵੀ ਬਹੁਤ ਜ਼ਿਆਦਾ 90% ਰਿਡਕਸ਼ਨ ਹੋਈ ਹੈ ਜੀ, ਉਹਦੇ ਤੁਸੀਂ 2,000 ਤੋਂ 91 ਤੇ ਆ ਗਏ, ਮਤਲਬ ਸਿਰਫ 91 ਕੇਸਿਸ ਆਏ ਆ ਇਸ ਵਾਰੀ। ਸੋ ਕਾਫੀ ਅੱਛੇ ਨਤੀਜੇ ਆਏ ਆ ਜੀ ਹਰ ਸ਼ੁੱਕਰਵਾਰ ਡੇਂਗੂ ਅਤੇ ਵਾਰ ਕੰਪੇਨ ਦੇ, ਔਰ ਬਹੁਤ ਅੱਛੇ ਨਤੀਜੇ ਆਏ ਆ ਜਿਹੜੀ ਸਾਡੀ ਆਪਸ ਜਿਹੜੇ ਅਲੱਗ ਅਲੱਗ ਮਹਿਕਮਿਆਂ ਦਾ ਆਪਸ ਵਿੱਚ ਤਾਲਮੇਲ ਦੇ ਨਾਲ ਇਕੱਠੇ ਹੋ ਕੇ ਕੰਮ ਕਰਦੇ ਆ। ਸਿਹਤ ਮਹਿਕਮਾ ਜਾ ਕੇ ਬਰੀਡਿੰਗ ਚੈੱਕ ਕਰਦਾ, ਉਹ ਫੀਡਬੈਕ ਦਿੰਦੇ ਆ ਲੋਕਲ ਬਾਡੀਜ਼ ਨੂੰ, ਔਰ ਉਹ ਜਾ ਕੇ ਫੋਗਿੰਗ ਕਰਦੇ ਆ, ਐਂਟੀ ਲਾਰਵਲ ਮੇਜਰਸ ਕਰਦੇ ਆ, ਔਰ ਜਿਹੜੇ ਪੌਂਡ ਹੈ ਵੱਡੇ ਵੱਡੇ ਉਹਦੇ ਵਿੱਚ ਸਿਹਤ ਮਹਿਕਮਾ ਖੁਦ ਜਿਹੜੀ ਹੈਗੀ ਆ ਗੰਬੂਸੀਆ ਫਿਸ਼ ਆਉਂਦੀ ਆ, ਇੱਕ ਮੱਛੀ ਆਉਂਦੀ ਆ, ਉਹ ਡੇਂਗੂ ਦੇ ਲਾਰਵੇ ਨੂੰ ਖਾ ਜਾਂਦੀ ਆ, ਉਹ ਵਾਲੀ ਰਿਲੀਜ਼ ਕਰ ਰਹੇ ਹਾਂ ਅਸੀਂ, ਬਾਇਓਲੋਜੀਕਲ ਮੀਨਸ ਵੇਅਰ ਐਵਰ ਪੋਸੀਬਲ ਅਸੀਂ ਯੂਜ਼ ਕਰ ਰਹੇ ਹਾਂ। ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸਾਡਾ ਇਸੇ ਤਰ੍ਹਾਂ ਸਾਥ ਦੇਣ, ਉਹ ਖਾਸ ਕਰਕੇ ਜਿਹੜੀ ਸਟੂਡੈਂਟ ਕਮਿਊਨਿਟੀ ਆ ਉਹਨਾਂ ਨੂੰ ਮੈਂ ਕਰਦਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਘੱਟੋ ਘੱਟ ਵੀ ਜਿਹੜਾ ਹੈਗਾ ਉਹ ਤਕਰੀਬਨ 20 ਲੱਖ ਦੀ ਜਿਹੜੀ ਸਾਡੀ ਸਟੂਡੈਂਟ ਪਾਪੂਲੇਸ਼ਨ ਅਸੀਂ ਟਾਰਗੇਟ ਕਰ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਇਹ ਵੈਕਟਰ ਬੌਰਨ ਡਿਜ਼ੀਜ਼ ਤੋਂ ਸ਼ੁਰੂ ਕੀਤਾ ਅਸੀਂ ਉਹਨਾਂ ਨੂੰ, ਫਿਰ ਅਸੀਂ ਉਹਨਾਂ ਨੂੰ ਫਸਟ ਏਡ, ਔਰ ਜਿਹੜਾ ਹੈਗਾ ਲਾਈਫ ਸਟਾਈਲ ਡਿਸਆਰਡਰ ਹੈ ਜਿਹੜੇ ਨੋਨ ਕਮਿਊਨੀਕੇਬਲ ਡਿਜ਼ੀਜ਼ ਆ ਉਹਦੇ ਬਾਰੇ ਵੀ, ਔਰ ਲਾਈਫ ਸਕਿੱਲਸ, ਇਹ ਵਾਲੀ ਟ੍ਰੇਨਿੰਗ ਅਸੀਂ ਜਿਹੜਾ ਬੱਚਾ ਵੀ ਪਲੱਸ ਟੂ ਕਰੇਗਾ, ਜਿਹੜਾ ਗ੍ਰੈਜੂਏਸ਼ਨ ਕਰੇਗਾ ਉਹਨੂੰ ਅਸੀਂ ਇਹ ਵਾਲੀ ਟ੍ਰੇਨਿੰਗ ਦੇਵਾਂਗੇ। ਸਟਰਕਚਰ ਟ੍ਰੇਨਿੰਗ ਹੋਏਗੀ ਕਿ ਜੇ ਨੋਜ਼ ਬਲੀਡ ਹੋ ਗਿਆ ਕਿਤੇ ਉਹ ਬਲੀਡਿੰਗ ਹੋ ਗਈ ਤਾਂ ਬਲੀਡਿੰਗ ਕਿੱਦਾਂ ਬੰਦ ਕਰਨੀ ਆ, ਜੇ ਕੰਨ ਵਿੱਚ ਕੋਈ ਕੀੜਾ ਵੜ ਗਿਆ ਉਹਦਾ ਕੀ ਕਰਨਾ,
आई ਦੇ ਵਿੱਚ ਇਨਫੈਕਸ਼ਨ ਹੋ ਗਿਆ ਜਾਂ ਕੋਈ ਸੱਪ ਲੜ ਗਿਆ ਕਿਸੇ ਦੇ ਕਿਸੇ ਦਾ ਐਕਸੀਡੈਂਟ ਹੋ ਗਿਆ ਉਹਨੂੰ ਕਿੱਦਾਂ ਟਰਾਂਸਪੋਰਟ ਕਰਨਾ ਇਹ ਬੜੇ ਲਾਈਫ ਸਕਿੱਲ ਜਿਹੜੀ ਸਾਡਾ ਇਹ ਸਾਡਾ ਅਗਲਾ ਟਾਰਗੇਟ ਹੈ ਸਾਡਾ ਡਿਪਾਰਟਮੈਂਟ ਦਾ ਕਿ ਅਸੀਂ 20 ਲੱਖ ਬੱਚਿਆਂ ਨੂੰ ਸਕੂਲ ਜਿਹੜੇ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਚਾਹੇ ਉਹ ਮੈਡੀਕਲ ਦੇ ਸਟੂਡੈਂਟਸ ਹੋਣ ਇੰਜੀਨੀਅਰਿੰਗ ਦੇ ਹੋਣ ਟੈਕਨੀਕਲ ਯੂਨੀਵਰਸਿਟੀਜ਼ ਹੋਣ ਜਾਂ ਆਰਟਸ ਦੇ ਸਟੂਡੈਂਟਸ ਹੋਣ ਉਹਨਾਂ ਸਾਰਿਆਂ ਨੂੰ ਇਹ ਲਾਈਫ ਸਕਿੱਲ ਤੇ ਫਸਟ ਐਡ ਦੀ ਟ੍ਰੇਨਿੰਗ ਦਿੱਤੀ।